So it turns out a lot of youngsters are still not social distancing. They think they're immune to this, so they're all hanging about with their shithead friends. A lot of Indians and Pakistanis are hanging about with their mates, thinking they're immune to this, and then they go home to the family home, because most of them live at home with their parents until they're about 60 or 70 years old. And most Asian families have got some kind of health issue, diabetes, triple heart bypass, leukemia, and then they pass this shit on to them, and it's game over. There's one thing about COVID-19 and the coronavirus, is it's not racist. It's not racist, sexist, homophobic, transphobic, genderphobic. It's very inclusive. It's a very progressive disease. And when I say progressive, it progressively gets into your lungs and mashes them up, and then you're dead. There's no racism when it comes to COVID-19. You think COVID-19 is some kind of Chinese disease that's just walking up to Indian people going, "Hello, I'm COVID-19. I want to come inside your body now." And the Indian guy's like, "No, don't come inside my body, fucker. Don't come inside my lung or my body. Get out of pen, chota. Okay, I'll go home now." "Nah, man, but I want to go shisha lounge, innit?" "You ain't going no shisha lounge. If I find out people are still going shisha lounge, I'm going to come down the shisha lounge and put that shisha pipe up with the bunda pen. Stay inside the pen, chota." Jean valio, aa broccoli ya, aa shimla mirch ya, te aa bread ya. Fineo jo akha kholo. ਇਹ ਵੀ ਖਾਣ ਵਾਲੀਆਂ ਚੀਜ਼ਾਂ ਅੱਖਾਂ ਬੰਦ ਕਰਕੇ ਜੋ ਕੁੱਤਾ ਬਿੱਲਾ ਸੱਪ ਚਮਗਿੱਦੜ ਹੱਥੋਂ ਦਾ ਖਾਈ ਜਾਂਦੇ ਆ ਨਾਲੇ ਤਾਂ ਆਪ ਜੱਬ 'ਚ ਪਏ ਆ ਨਾਲੇ ਸਾਰੀ ਦੁਨੀਆ ਜੱਬ 'ਚ ਪਾਈ ਹੋਈ ਆ। ਐਸੇ ਕਿ ਪੀ ਰਹੇ ਹੋ? ਅੱਬੂ ਨੇ ਮਨਾ ਕੀਆ ਹੈ, ਬੋਲਾ ਸਿਗਰਟ ਹੱਥ ਮੇਂ ਨਹੀਂ ਲੈਣਾ। ਪ੍ਰਦਰਸ਼ਨ ਜਾਂ ਪ੍ਰੋਟੈਸਟ ਸੱਚ ਅਤੇ ਹੱਕ ਦੀ ਆਵਾਜ਼ ਬੁਲੰਦ ਕਰ ਸਕਦਾ ਹੈ। ਇਹ ਸੁਪਰੀਮ ਕੋਰਟ ਨੇ ਵੀ, ਤੈਨੂੰ ਪਤਾ ਜਦ ਮੈਂ ਬੋਲ ਰਿਹਾ ਭੈਣ ਚੋ ਠਾਠਾ ਮਰ ਜਾਂਦੀ ਵਿੱਚ। ਅਤੇ ਅੱਡੇ ਦੀਆਂ ਵੀ ਕੋਈ ਦੁਕਾਨ ਨਾ ਖੁੱਲ੍ਹੇ ਅਤੇ ਜਿਹੜੇ ਲੋਕ ਆ ਉਹ ਆਪਣੇ ਆਪਣੇ ਘਰਾਂ ਦੇ ਵਿੱਚ ਰਹਿਣ ਅਤੇ ਨਾ ਕੋਈ ਫੈਸਲਾਬਾਦ ਨੂੰ ਜਾਵੇ ਇਸ ਵੇਰ ਨੂੰ। ਹਜ਼ਰਾਤ ਐਲਾਨ ਗੌਰ ਨਾਲ ਸੁਣ ਲਓ। ਐਲਾਨ ਇਹ ਆ ਵੀ ਪੂਰੀਆਂ ਪਿੰਡ ਦੀਆਂ ਅਤੇ ਅੱਡੇ ਦੀਆਂ ਦੁਕਾਨਾਂ ਬੰਦ ਅਤੇ ਕੋਈ ਬੰਦਾ ਫੈਸਲਾਬਾਦ ਨੂੰ ਵੀ ਨਾ ਜਾਵੇ ਸੁਬਾਹ ਨੂੰ ਅਤੇ ਆਪਣੇ ਆਪਣੇ ਘਰਾਂ ਦੇ ਵਿੱਚ ਰਹਿਣ, ਬਹੁਤ ਬਾਹਰ ਵੀ ਨਾ ਫਿਰਨ। ਹਜ਼ਰਾਤ ਐਲਾਨ ਗੌਰ ਨਾਲ ਸੁਣ ਲਓ। ਐਲਾਨ ਇਹ ਆ ਗੌਰਮੈਂਟ ਨੇ ਕਰਾਇਆ ਵੀ ਆਪਣੇ ਆਪਣੇ ਲੋਕ ਘਰਾਂ ਦੇ ਵਿੱਚ ਰਹਿਣ ਅਤੇ ਪਿੰਡ 'ਚ ਵੀ ਕੋਈ ਦੁਕਾਨ ਨਾ ਖੁੱਲ੍ਹੇ ਅਤੇ ਅੱਡੇ ਦੇ ਵਿੱਚ ਵੀ ਕੋਈ ਦੁਕਾਨ ਨਾ ਖੁੱਲ੍ਹੇ ਅਤੇ ਲੋਕ ਫੈਸਲਾਬਾਦ ਨੂੰ ਵੀ ਨਾ ਜਾਣ ਅਤੇ ਆਪਣੇ ਆਪਣੇ ਘਰਾਂ 'ਚ ਲੋਕ ਰਹਿਣ। ਹਜ਼ਰਾਤ ਆ ਇੱਕ ਦਫ਼ਾ ਫਿਰ ਸੁਣ ਲਓ। ਐਲਾਨ ਗੌਰਮੈਂਟ ਦੀ ਤਰਫੋਂ ਆ ਵੀ ਨਾ ਕੋਈ ਫੈਸਲਾਬਾਦ ਜਾਵੇ ਅਤੇ ਨਾ ਕੋਈ ਬਾਹਰ ਫਿਰੇ, ਆਪਣੇ ਆਪਣੇ ਘਰਾਂ ਦੇ ਵਿੱਚ ਰਹਿਣ, ਨਾ ਕੋਈ ਦੁਕਾਨ ਖੁੱਲ੍ਹੇ, ਨਾ ਪਿੰਡ ਦੀ ਅਤੇ ਨਾ ਅੱਡੇ ਦੀ ਕੋਈ ਦੁਕਾਨ ਨਾ ਖੁੱਲ੍ਹੇ। ਐਲਾਨ ਖਤਮ ਹੋਇਆ। ਸਾਲਿਓ ਚੀਨੋ, ਤੁਹਾਡੀ ਭੈਣ ਦਾ ਸ਼ਿਕੰਜਾ ਸਾਲਿਓ ਕੁੱਤੀ ਦਿਓ। ਆਪਾਂ ਸਾਰੀ ਜ਼ਿੰਦਗੀ ਭੈਣ ਚੋ ਕੇਕ ਪੇਸਟਰੀਆਂ ਵੀ ਇਹੀ ਪੁੱਛ ਪੁੱਛ ਕੇ ਖਾਂਦੇ ਰਹੇ ਹਾਂ ਕਿ ਸਾਲ ਇਸ 'ਚ ਅੰਡਾ ਹੈ ਕਿ ਨਹੀਂ ਹੈ। ਅਤੇ ਤੁਹਾਡੀ ਭੈਣ 'ਚ ਟੋਈ 'ਚ ਚੁਰਨੇ ਲੜਦੇ ਰਹਿੰਦੇ ਜਿਹੜੇ ਤੁਸੀਂ ਭੈਣ 'ਚੋਂ ਕੁਛ ਨਹੀਂ ਛੱਡਦੇ ਹੋ। ਮਾਂ ਕੁੱਤਾ ਖਾ ਜਾਂਦੇ ਹੋ, ਚਮਗਾਦੜ ਖਾ ਜਾਂਦੇ ਹੋ, ਸੱਪ ਖਾ ਜਾਂਦੇ ਹੋ, ਬਿੱਲੀ ਖਾ ਜਾਂਦੇ ਹੋ, ਕੇਕੜੇ ਖਾ ਜਾਂਦੇ ਹੋ। ਉਹ ਭੈਣ ਚੋਦੋ ਬਖਸ਼ ਦਿਓ ਸਾਰਿਆਂ ਨੂੰ। ਔਰ ਰੱਬ ਨੇ ਕਿੰਨੀਆਂ ਚੰਗੀਆਂ ਚੰਗੀਆਂ ਚੀਜ਼ਾਂ ਬਣਾਈਆਂ, ਕੁਝ ਹੋਰ ਸਬਜ਼ੀਆਂ ਖਾ ਲਓ, ਕੋਈ ਪਾਲਕ ਪਨੀਰ ਖਾ ਲਓ, ਕੋਈ ਕੋਈ ਮੱਕੀ ਦੀ ਰੋਟੀ ਸਰਿਆਂ ਸਾਗ ਖਾ ਲਓ, ਕੋਈ ਦਾਲਾਂ ਖਾ ਲਓ, ਚਾਵਲ ਖਾ ਲਓ। ਭੈਣ ਚੋਦੋ ਕੁਛ ਤਾਂ ਖਾ ਲਓ ਚੱਜ ਦੀ ਚੀਜ਼। ਤੁਸੀਂ ਘੂਸੀ ਲਿਓ, ਤੁਸੀਂ ਸਾਰੀ ਦੁਨੀਆ ਦਾ ਭੈਣ ਚੋ ਵਿਪਦਾ ਪਾਤੀ। ਇੱਥੇ ਇੰਨਾ ਚੰਗਾ ਸੋਹਣਾ ਕੰਮ ਚੱਲ ਰਿਹਾ ਸੀ, ਭੈਣ ਚੋ ਡਾਲਰ ਡਾਲਰ ਹੋਏ ਪਏ ਸੀ ਇੱਥੇ ਇੱਥੇ ਘਰ ਬਿਠਾਤਾ ਪਾਗਲ, ਭੈਣ ਚੋ ਵਿਹਲੇ ਬੈਠੇ ਪਾਗਲ, ਕੰਧਾਂ ਸਿਰ ਮਾਰੀ ਜਾ ਰਹੇ ਹਾਂ ਆਪਣਾ। ਭੈਣ ਚੋ ਮਾਰਕੀਟਾਂ 'ਚ ਲੰਬੀਆਂ ਲੰਬੀਆਂ ਲਾਈਨਾਂ ਲੱਗੀਆਂ, ਉਹਨਾਂ 'ਚ ਸਮਾਨ ਬਾਏ ਕਰ ਕਰਕੇ ਘਰ ਦਾ, ਭੈਣ ਚੋ ਇੱਥੇ ਬੁੰਡ ਦੁੱਗ ਗਈ ਸਾਡੀ। ਤੁਹਾਡੀ ਕੂਸੀ ਦਿਓ ਭੈਣ ਚੋ, ਤਾਂ ਤੁਹਾਨੂੰ ਤਾਂ ਰੱਬ ਵੀ ਮਾਫ਼ ਨਹੀਂ ਕਰਿਆ। ਭੈਣ ਚੋ ਮੇਰਾ ਜਿਲ ਕਰ ਰਿਹਾ ਤੁਹਾਡੇ, ਭੈਣ ਚੋ ਗਲਾ ਘੋੜਦਾ ਤੁਹਾਡਾ ਸਾਲਿਓ ਚਿੰਕੋ। ਭੈਣ ਚੋ ਚਾਰ ਚਾਰ ਫੁੱਟ ਦਾ ਤੁਸੀਂ ਹੈਗੇ ਨਹੀਂ, ਪੂਰੀ ਦੁਨੀਆ ਤੁਸੀਂ ਬੰਦ ਕਰਾਤੀ ਸਾਲਿਓ।
ਕਿਹਾ ਜਾਏ ਕਿ ਬਕਾਇਦਾ ਹੀਰਵਨ ਜਿਹੜੀ ਉਹ ਟੈਸਟ ਕੀਤਾ ਜਾਏ ਆਪਣੇ ਇੱਕ ਮਰੀਜ਼ ਨੂੰ ਲੈ ਕੇ ਉਹਨੂੰ ਥੋੜ੍ਹਾ ਜਿਹਾ ਪਾਊਡਰ ਦਿੱਤਾ ਜਾਏ ਅਤੇ ਉਹ ਇਨਸ਼ਾਅੱਲਾ ਸਿਹਤਯਾਬ ਹੋ ਜਾਏ। ਕਿੰਨੇ ਕਿੰਨੀਆਂ ਕੁ ਖੁਰਾਕਾਂ ਦਿੱਤੀਆਂ? ਬਸ ਉਹਨੂੰ ਡੋਜ਼ ਦਿੱਤੀ ਜਾਏ ਨਾ, ਕੋਈ ਅੱਧਾ ਕੁ ਗ੍ਰਾਮ ਉਹਨੂੰ ਸੁੱਟਿਆ ਜਾਏ ਅੰਦਰ ਟੀਕਾ ਬਣਾ ਕੇ। ਹੈਂ ਜੀ, ਅਤੇ ਤੁਹਾਨੂੰ ਵਾਇਰਸ ਦਾ ਕੋਈ ਖਤਰਾ ਨਹੀਂ? ਨਹੀਂ, ਸਾਨੂੰ ਪਾਊਡਰ ਪੀਣ ਵਾਲੇ ਨੂੰ ਫਲੂ ਨਹੀਂ ਹੁੰਦਾ ਭਾਜੀ। ਕਿਸੇ ਵੀ ਬੰਦੇ ਨੂੰ, ਕਿਸੇ ਵੀ ਸਾਇੰਟਿਸਟ ਨੂੰ ਪੁੱਛ ਲਓ, ਹੀਰੋਇਨ ਪੀਣ ਵਾਲੇ ਬੰਦੇ ਨੂੰ ਫਲੂ ਨਹੀਂ ਹੁੰਦਾ। ਤੁਹਾਨੂੰ ਫਿਰ ਕੋਈ ਖਤਰਾ ਨਹੀਂ ਹੈ? ਜੋ ਦਿਲ ਹੋਵੇ, ਟੈਨਸ਼ਨ ਹੀ ਕੋਈ ਨਹੀਂ। ਲਿਆਓ ਕਰੋਨਾ, ਕਿੱਥੇ ਜੇ ਲਿਆਓ, ਮੇਰੇ ਸਾਹਮਣੇ ਲਿਆਓ ਕਰੋਨਾ, ਸਾਨੂੰ ਲਿਆਓ, ਫੜ ਕੇ ਲਿਆਓ ਉਸ ਭੈਣ ਚੋਦ ਕਰੋਨੀ। ਹੈਦਰ ਬਹਾਦਰ ਕਲੰਦਰ ਮਸ ਜੁਲੇ ਲਾਲ ਦੇ ਖੁਸ਼ੀਆਂ ਦੇ ਕੰਮਦਾਰ ਕਰੋਲਾ ਜੇ। जैसे ही प्रधानमंत्री श्री नरेंद्र मोदी जी ने कहा कि आज रात 12 बजे से सब कुछ बंद होने वाला है, भारत लॉक होने वाला है, आप निकल पड़े एटीएम की तरफ, ग्रोसरी शॉप की तरफ, मेडिकल स्टोर की तरफ। क्या लेने, सामान या वायरस? देखिए क्या हाल है। सोशल डिस्टेंसिंग करने को कहा गया है, लोग चिपके हुए हैं एक दूसरे के साथ। देखिए उनका हाल देखिए। मलाड की स्थिति देखिए। वहीं लोखंडवाला अंधेरी में कुछ ऐसा माहौल हुआ। और जरा यहां पर हुजूम देखिए। मेरे पढ़े लिखे दोस्तों, ये दवाइयां कल भी मिलेंगी, ये सब्जी और मिल्क कल भी मिलेगा, ये एटीएम कल भी खुला हुआ मिलेगा आपको। लेकिन ये जो वायरस सोशल डिस्टेंसिंग ना करने की वजह से एक दूसरे के बीच में पनप रहा है ना, ये आपके साथ आपके घर तक जाएगा और घर के पूरे परिवार तक वो पहुंचेगा। यही तो नहीं करने को कहा गया है? दिमाग लगाइए। और मैं ना मुड़ा तक को सेफ्टी करना पिया, मुड़ा सेफ्टी करना पिया, लोग गाय सेफ, माशाल्लाह माशाल्लाह पुत्रिया, कैप्टन करोना, ओ मुड़ा पुत्र मान गया, ए आंदा कुछ ही सारा कुछ कसम है ना यार। साइना वालों ने सामान सब डुप्लीकेट भेजा, बस एक वायरस ही असली भेजा सालों ने। अबे सालों, ये भी डुप्लीकेट भेज देते, दो तीन दिन चलने वाला। ਆਏ ਬੇਬੇ ਕੀ ਹੋਇਆ ਨੇ ਕੋਲੀਆਂ? ਇਹ ਮੇਰਾ ਬੱਚਾ ਮੋੜੇ ਦੇ ਬੰਦੇ ਕਿੱਦ ਗਏ? ਇਹ ਬੇਬੇ ਬਿਮਾਰੀ ਆਈ ਹੈ ਨਾ, ਲੋਕ ਘਰਾਂ 'ਚ ਬੈਠੇ ਵੇ ਨੋ, ਕਰੋਨਾ ਆਏ ਵਾ, ਸਹੁਰਾ ਆਏ ਬਈ, ਉਹ ਮੈਂ ਜੇ ਮਾਊ ਸਹੁਰਾ ਨਹੀਂ, ਕਰੋਨਾ ਆਏ ਵਾ। ਦਿਸ ਫੱਕਿੰਗ ਕਰੋਨਾ ਵਾਇਰਸ ਯਾ, ਆਮ ਰੀਲੀ ਰੀਲੀ ਫੱਕਿੰਗ ਪਿਸਡ ਆਫ ਵਿਦ ਇਟ ਰਾਈਟ ਯਾ, ਇਟ ਨਥਿੰਗ ਦੇ, ਇਟ ਕਾਂਟ ਫੱਕਿੰਗ ਟੱਚ ਮੀ, ਆਈ ਡੋਨਟ ਗਿਵ ਅ ਫੱਕਿੰਗ ਸ਼ਿਟ, ਲੈਟ Come on, coronavirus, a fucking sword you are looking, you bastard, yeah? You fucking corona. You can't touch me. Why? You can't come near me. I'll give a fucking shit if your mom or dad comes, you corona bastard. इत्तला के मुताबिक चाइना ने वैक्सीन तैयार कर ली है कोरोना वायरस की, और इस वैक्सीन का नाम है OBGMR।
ये वैक्सीन इस्तेमाल करने से ठीक है एक हफ्ते के बाद आपके अंदर जो कोरोना वायरस होगा वो खत्म हो जाएगा, और इस वैक्सीन का मतलब है ओ बगैर तो घर में रहो। प्लीज गाइस अपने घरों में रहिए, ऐसा ना हो कि सूजी लेने जाएं और सूजी भी लेकर वापस आए। कदे ही रही तेन दुध लैन दे चक लैन।